मेरा साला वो कतीड़ जद भाई तेरा सिलेंडर चाके बहु बीट गया कहिंदा होगा मेरा की कर लिया अज ऐ करी तीन बंदे की रोटी बदल ला ली नहीं तो मिस्त्री सदे मैं दो दिहाड़िए ने खेत टीप करवाने कोठा अच्छा हां ਨਾਲੇ ਮਿਸਤਰੀ ਆ ਗਿਆ ਜਦੋਂ ਆ ਇੱਟਾਂ ਜਾਂ ਪਈਆਂ ਨੇ ਹਾਂ ਹਾਂ ਇਹਦਾ ਵੀ ਇੰਤਜ਼ਾਮ ਕਰਾ ਲਿਓ ਕੋਈ ਹੋਰ ਨਾ ਕੋਈ ਨਾ ਲਾ ਦੂੰਗੀ ਕੋਈ ਗੱਲ ਨਹੀਂ ਹੋਰ ਗੱਲ ਕਰ ਲਾਂਗੇ ਪਾ ਦੇ ਬਰਾਂਡਾ ਹਾਂ ਹਾਂ ਹੋਰ ਸਰ ਮੈਂ ਲੈ ਜੂੰਗਾ ਆ ਕੇ ਹਾਂ ਹਾਂ ਕੋਈ ਗੱਲ ਨਹੀਂ ਠੀਕ ਹੈ ਹਾਏ ਕਿੱਧਰੋਂ ਆ ਗਿਆ ਸਤਿਕਾਲ ਭੈਣੇ ਸਤਿਕਾਲ ਕਿੱਧਰੋਂ ਆਏ ਦੀਪੇ ਪਿੰਡੋਂ ਹੀ ਆਇਆ ਭੈਣੇ ਹੋਰ ਕਿੱਧਰੋਂ ਆਉਣਾ ਸੀ ਨਹੀਂ ਮੈਂ ਤਾਂ ਐ ਕਹਿਣੀ ਆ ਤੂੰ ਬੇਬੇ ਨੂੰ ਦੱਸ ਕੇ ਨਾ ਬੇਬੇ ਨੂੰ ਤਾਂ ਦੱਸ ਕੇ ਆ ਮੈਂ ਤਾਂ ਪਿੰਡ 'ਚ ਫਿਰਦਾ ਸੀਗਾ ਮੇਰਾ ਜੀ ਕਰਿਆ ਮੈਂ ਚਲ ਭੈਣ ਨੂੰ ਮਿਲ ਕੇ ਆਵਾਂ ਮੈਂ ਆ ਗਿਆ ਚਲ ਆ ਜਾ ਬਾਈ ਸਤਿ ਸ੍ਰੀ ਅਕਾਲ ਮਾਸੀ ਠੀਕ ਆ ਸਿਹਤਾਂ ਤੁਹਾਡੀਆਂ ਮੇਰੀਆਂ ਸਿਹਤਾਂ ਤਾਂ ਠੀਕ ਨੇ ਤੂੰ ਦੱਸ ਤੇਰੀਆਂ ਸਿਹਤਾਂ ਕਿਵੇਂ ਨੇ ਹਾਂ ਹਾਂ ਠੀਕ ਆ ਮਾਸੀ ਚਲ ਬਹਿ ਜਾ ਦੀਪੇ ਅੰਦਰ ਮੈਂ ਪਾਣੀ ਲਿਆਉਣੀ ਆ ਬਾਈ ਲੈ ਹੋਰ ਦੀਪੇ ਬੇਬੇ ਠੀਕ ਦੀ ਬਾਈ ਹਾਂ ਠੀਕ ਦੀ ਬਾਈ ਬੇਬੇ ਤਾਂ ਵਿਚਾਰੀ ਠੀਕ ਹੀ ਹੁੰਦੀ ਹੈ ਇਹਦਾ ਵਿਚਾਰੇ ਦਾ ਪੁੱਛੇ ਵੀ ਠੀਕ ਹੈ ਬਾਈ ਕਿੱਧਰ ਗਿਆ ਖੇਤ ਗਿਆ ਹੋਇਆ ਬਾਈ ਅੱਛਾ ਮੈਂ ਚਾਹ ਬਣਾ ਕੇ ਦੇਉਣੀ ਆ ਤੈਨੂੰ ਪਤਾ ਭੈਣੇ ਮੈਂ ਮਿੱਠਾ ਥੋੜਾ ਜਿਹਾ ਵੱਧ ਹੀ ਪੀਣਾ ਹਾਂ ਸੁਖਪਾਲ ਇਹਨੂੰ ਵੱਧ ਹੀ ਮਿੱਠਾ ਪਾ ਦੀ ਫੇਰ ਹੀ ਸਰੀਰ ਬਣੂ ਇਹਦਾ ਸੁੱਕੇ ਮੇਵੇ ਖਾਦੇ ਹੋਣਗੇ ਨਾ ਨਾ ਮਾਸੀ ਨਸ਼ਾ ਤਾਂ ਮੈਂ ਹੁਣ ਛੱਡਤਾ ਸਾਰਾ ਹਾਂ ਹਾਂ ਤੇਰੀਆਂ ਤਾਂ ਅੱਖੀਂ ਦਿਸ ਜਾਂਦੀਆਂ ਨੇ ਹੋਰਾਂ ਨੂੰ ਚਾਰੀ ਮੈਨੂੰ ਨਾ ਚਾਰ ਮੈਨੂੰ ਗਿਆਨ ਕੌਰ ਕਹਿੰਦੇ ਨੇ ਨਾ ਮੈਂ ਤਾਂ ਐਂ ਕਹਿੰਦਾ ਮਾਸੀ ਜਮਾਂ ਤਾਂ ਨਹੀਂ ਛੱਡਿਆ ਹੁਣ ਕਦੇ ਕਦੇ ਖਾਂਦਾ ਹੁਣ ਮੈਂ ਹੁਣ ਤਾਂ ਤੂੰ ਕਹੀ ਜਾਂਦਾ ਸੀ ਮੈਂ ਨਸ਼ਾ ਸਾਰੇ ਹੀ ਛੱਡਤਾ ਹੁਣ ਕਹਿੰਦਾ ਤੂੰ ਮੈਂ ਕਦੇ ਕਦੇ ਖਾਂਦਾ ਖਾਂਦਾ ਤੂੰ ਰੋਜ਼ ਹੀ ਹੈ ਕਦੇ ਕਦੇ ਖਾਂਦਾ ਮਾਸੀ ਬੈ ਤੂੰ ਬਹਿ ਜਾ ਚੁੱਪ ਕਰਕੇ ਖਬਰਦਾਰ ਜੇ ਮੈਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰੀਏ ਹੋਰ ਸਵਾਹ ਦੀ ਬੁੜੀ ਆ ਮੈਂ ਪਹਿਲਾਂ ਤੂੰ ਮੇਰਾ 1200 ਰੁਪਇਆ ਲੈ ਗਿਆ ਸੀ ਨਾ ਮੈਂ ਰਿਸ਼ਤੇਦਾਰੀ ਕਰਕੇ ਚੁੱਪ ਕਰ ਗਈ ਨਾ ਹੀ ਤੇਰੇ ਪਟੇ ਲਵਾਉਣੇ ਸੀ ਨਾ ਨਾ ਮਾਸੀ ਸੋਨੂੰ ਭੁਲੇਖਾ ਲੱਗ ਗਿਆ 1200 ਰੁਪਇਆ ਤੁਹਾਡਾ ਚੋਰੀ ਨਹੀਂ ਮੈਂ ਕਰਿਆ ਨਾਲੇ ਬੇਬੇ ਨੇ ਦੇ ਤਾਂ ਦਿੱਤਾ ਤੁਹਾਨੂੰ ਤਾਂ ਹੀ ਵੱਜ ਗਿਆ ਤੂੰ ਤੂੰ ਚੋਰੀ ਕੀਤਾ ਸੀ ਤਾਂ ਹੀ ਦਿੱਤਾ ਸੀ ਨਹੀਂ ਫਿਰ ਤੇਰੀ ਭੈਣ ਨੇ ਕਰ ਲਿਆ ਹੋਊਗਾ ਨਾ ਨਾ ਮਾਸੀ ਭੈਣ ਦਾ ਤਾਂ ਤੁਹਾਨੂੰ ਪਤਾ ਹੀ ਹੈ ਲੈ ਪਤਾ ਹੀ ਹੈ ਕਹਿੰਦਾ ਜੇ ਤਾਂ ਫਿਰ ਤਾਂ ਐ ਕਰੀ ਹੋਊਗੀ ਚੋਰੀ ਜੇ ਤੇਰੀ ਭੈਣ ਨੇ ਇੱਕ ਨੇ ਤਾਂ ਕਰੀ ਹੀ ਹੈ ਹੈ ਸੁਖਪਾਲ ਤੇਰਾ ਭਾਈ ਕਹਿੰਦਾ ਕਿ ਮੈਂ ਨਹੀਂ ਚੋਰੀ ਕੀਤੀ ਫਿਰ ਹੋਰ ਕੀ ਨੇ ਕਰੀ ਹੈ ਜਾਂ ਫਿਰ ਤੂੰ ਕਰੀ ਹੋ ਚੱਲ ਬੇਬੇ ਛੱਡ ਪਰਾਂ ਗੱਲ ਨੂੰ ਹੁਣ ਤਾਂ ਬੇਬੇ ਨੇ ਮੋੜ ਦਿੱਤਾ 1200 ਰੁਪਇਆ ਨਾ 1200 ਰੁਪਇਆ ਮੋੜ ਨਾਲ ਤਾਂ ਨਹੀਂ ਚੋਰ ਵੱਜਣੋਂ ਹਟ ਗਿਆ ਇਹਨੇ ਤਾਂ ਮੇਰਾ 1200 ਰੁਪਇਆ ਚੱਕਿਆ ਹੀ ਸੀ ਨਾ ਨਾ ਮਾਸੀ ਜੀ ਮੈਂ ਨਹੀਂ ਚੱਕਿਆ ਤੁਹਾਡਾ 1200 ਰੁਪਇਆ ਲੈ ਹੈ ਫਿਰ ਉਹੀ ਗੱਲ ਤੂੰ ਕਹਿੰਦਾ ਮੈਂ ਨਹੀਂ ਚੱਕਿਆ ਇਹ ਕਹਿੰਦੀ ਮੈਂ ਨਹੀਂ ਚੱਕਿਆ ਕਿਸੇ ਨੇ ਤਾਂ ਚੱਕਿਆ ਹੀ ਹੋਊ ਨਾ ਨਾ ਮਾਸੀ ਭੈਣ ਇਹੋ ਜਿਹਾ ਕੰਮ ਨਹੀਂ ਕਰ ਸਕਦੀ ਫਿਰ ਤੂੰ ਚੱਕਿਆ ਸੀ ਬੇਬੇ ਛੱਡ ਦੇ ਹੁਣ ਉਹ ਗੱਲ ਨੂੰ ਛੱਡ ਦੇ ਉਹ ਗੱਲ ਨੂੰ ਚੱਲ ਬਾਈ ਪੀ ਲਈ ਚਾਹ ਬਾਹਰੇ ਬਹਿਣੇ ਜਾ ਕੇ ਨਾ ਸੱਚੀ ਗੱਲ ਤਾਂ ਦੁੱਖ ਲੱਗਿਆ ਜੇ ਤੂੰ ਦੀਪੇ ਚੰਗਾ ਹੋਵੇਂ ਮੇਰੀ ਸੱਸ ਬੇਇੱਜ਼ਤੀ ਕਿਉਂ ਕਰੇ ਮੇਰੀ ਜੇ ਤੂੰ 1200 ਰੁਪਇਆ ਦਾ ਚੱਕਿਆ ਤਾਂ ਮੈਨੂੰ ਆਹ ਕੁਛ ਸੁਣਨਾ ਪੈ ਗਿਆ ਤੂੰ ਉਹ ਭੈਣੇ ਬੇਬੇ ਨੇ ਮੋੜ ਤਾਂ ਦਿੱਤਾ ਸੀ ਇਹਨੂੰ ਬੇਤਰ ਤੇ ਦਾਗ ਤਾਂ ਲੱਗ ਗਿਆ ਘੱਟੋ ਘੱਟ ਤੂੰ ਮੇਰਾ ਘਰ ਤਾਂ ਛੱਡ ਦਿੰਦਾ ਸਾਰੀ ਉਮਰ ਦਾ ਮਿਹਣਾ ਆਣ ਗਿਆ ਮੈਨੂੰ ਮਾੜਾ ਮਾੜਾ ਬੇਬੇ ਦੀ ਫਿਕਰ ਕਰ ਲੈ ਪਿਓ ਆਪਣੇ ਸਿਰ ਤੇ ਹੈ ਨਹੀਂ ਵਿਚਾਰੀ ਨੇ ਆਪਾਂ ਨੂੰ ਕਿਵੇਂ ਪਾਲਿਆ ਉਹ ਤਾਂ ਯਾਦ ਕਰ ਲੈ ਤੂੰ ਲੋਕਾਂ ਦੇ ਕੱਪੜੇ ਸਿਉਂ ਸਿਉਂ ਪਾਲਿਆ ਉਹਨੇ ਆਪਾਂ ਨੂੰ ਅੱਖਾਂ ਦੀ ਨਿਗਾਹ ਉਹਨੇ ਗਵਾ ਲਈ ਸਿਰ ਉਹਦਾ ਦੁਖਦਾ ਰਹਿੰਦਾ ਕਰੇ ਸੋਚਿਆ ਉਹਦੇ ਬਾਰੇ ਉੱਤੋਂ ਤੇਰਾ ਫਿਕਰ ਮਾਰਦਾ ਉਹਨੂੰ ਤੂੰ ਕੋਈ ਕੰਮ ਨਹੀਂ ਕਰਦਾ ਲੈ ਮੇਰਾ ਕਾਹਦਾ ਫਿਕਰ ਹੈ ਬੇਬੇ ਨੂੰ ਮੇਰਾ ਦੱਸ ਕਾਹਦਾ ਫਿਕਰ ਆ ਜੇ ਤੂੰ ਤਾਂ ਮੂੰਹ ਚੱਕ ਕੇ ਕਹਿੰਦਾ ਮੇਰਾ ਫਿਕਰ ਨਹੀਂ ਤੈਨੂੰ ਤਾਂ ਨਸ਼ੇ ਤੋਂ ਟਾਈਮ ਨਹੀਂ ਮਿਲਦਾ ਹੈਗਾ ਜਿਹੜਾ ਬੇਬੇ ਕਮਾਉਂਦੀ ਹੈ ਉਹ ਤੂੰ ਵੀ ਖੋ ਕੇ ਲੈ ਜਾਣਾ ਨਾ ਨਾ ਭੈਣੇ ਹੁਣ ਤਾਂ ਮੈਂ ਕਦੇ ਨਹੀਂ ਖੋਹੇ ਬੇਬੇ ਤੋਂ ਹੁਣ ਤਾਂ ਮੰਗ ਕੇ ਲੈ ਜਾਣਾ ਹੁਣ ਲਿਆਣਾ ਮੰਗ ਕੇ ਉਹ ਤਾਂ ਵਿਚਾਰੀ ਮਸਾ ਕਮਾਉਂਦੀ ਹੈ ਤੂੰ ਉਹ ਤੋਂ ਮੰਗਦਾ ਹੈ ਮਾੜਾ ਮੋਟਾ ਤੂੰ ਕੰਮ ਆਪ ਕਰ ਲਿਆ ਕਰ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਉਹ ਤੋਂ ਮੰਗਦੇ ਨੂੰ ਹਾਂ ਹਾਂ ਭੈਣੇ ਮੈਂ ਭਾਲਦਾ ਫਿਰਦਾ ਕੋਈ ਕੰਮ ਫਿਰਦਾ ਇਹ ਭਾਲਦਾ ਹੁਣ ਇਹ ਹੁਣ ਮੇਰੀ ਗੱਲ ਸੁਣ ਤੂੰ ਨਾ ਚਾਹ ਲਈ ਪੀ ਹੁਣ ਤੂੰ ਪਿੰਡ ਵਗ ਜਾ ਉਹਦੇ ਨਾਲੇ ਤੇਰਾ ਬਾਈ ਆਉਣ ਵਾਲਾ ਹੈ ਜੇ ਤੇਰਾ ਬਾਈ ਆ ਗਿਆ ਨਾ ਘਰੇ ਉਹ ਵੀ ਤੈਨੂੰ ਪਸੰਦ ਨਹੀਂ ਕਰਦਾ ਫਿਰ ਔਖਾ ਹੋ ਜਾਊਗਾ ਲੈ ਬਾਈ ਕਿਉਂ ਨਹੀਂ ਪਸੰਦ ਕਰਦਾ ਭੈਣੇ ਉਹ ਤਾਂ ਮੈਨੂੰ ਵਧੀਆ ਬੁਲਾਉਂਦਾ ਹੁੰਦਾਗਾ ਵੇ ਤੇਰੇ ਮੂੰਹ ਤੇ ਵਧੀਆ ਬੁਲਾਉਂਦਾ ਹੈ ਜਿਹੜੀਆਂ ਪਿੱਛੋਂ ਮੈਨੂੰ ਸੁਣਨੀਆਂ ਪੈਂਦੀਆਂ ਨੇ ਮੈਨੂੰ ਇਹ ਪਤਾ ਹੈ ਤੂੰ ਚਾਹ ਪੀ ਲਈ ਹੁਣ ਮੇਰਾ ਬਾਈ ਬਣ ਕੇ ਤੁਰਦਾ ਲੱਗ ਵਗ ਜਾ ਮੇਰੇ ਬਾਈ ਬਣ ਲੈ ਕਮਾਲ ਹੋ ਗਈ ਭੈਣੇ ਮੈਂ ਤਾਂ ਹਜੇ ਰੋਟੀ ਵੀ ਨਹੀਂ ਖਾਧੀ ਰੋਟੀ ਵੀ ਖਾਣੀ ਸੀ ਆਪਦੇ ਭਾਈ ਨੂੰ ਭੁੱਖੀ ਤੋਰੇਂਗੀ ਹੈ ਤੂੰ ਭੁੱਖੀ ਤੋਰੇ ਫਿਰਦਾ ਵੇ ਕਿੱਡਾ ਦਿਨ ਚੜਿਆ ਆ ਤੂੰ ਰੋਟੀ ਤਾਂ ਟਾਈਮ ਨਾਲ ਖਾ ਲਿਆ ਕਰ ਘੱਟੋ ਘੱਟ ਰੋਟੀ ਤਾਂ ਮੈਂ ਘਰੇ ਜਾ ਕੇ ਖਾਣੀ ਸੀ ਮੈਂ ਪਿੰਡ 'ਚ ਫਿਰਦਾ ਫਿਰਦਾ ਮੇਰਾ ਇੱਧਰ ਨੂੰ ਮਨ ਬਣਿਆ ਮੈਂ ਇੱਧਰਲੀ ਬੱਸ ਚੜਿਆ ਦੇਖ ਦੀਪੇ ਮੇਰੀ ਗੱਲ ਸੁਣ ਜੇ ਤੂੰ ਮੇਰੇ ਤੋਂ ਪੈਸੇ ਮੰਗਣਾ ਆ ਨਾ ਪੈਸੇ ਤਾਂ ਮੇਰੇ ਕੋਲ ਹੈ ਨਹੀਂ ਬਾਈ ਬਣ ਕੇ ਮੈਂ ਤਾਂ ਇੰਨਾ ਮੁਰੀ ਹੱਥ ਛੱਡਦੀ ਆਪਦੇ ਵਾਸਤੇ ਵੀ ਮੋਟੇ ਮੇਰੇ ਹੱਥ ਧਰ ਦੇ ਤੇ ਉਹ ਵੀ ਹੁਣ ਧਰ ਨੂੰ ਹਟ ਗਏ ਦੀਪੇ ਇਹਨਾਂ ਨੂੰ ਪੂਰਾ ਸ਼ੱਕ ਹੈ ਵੀ ਇਹਦੇ ਭਾਈ ਨੂੰ ਪੈਸੇ ਦਿੰਦੀ ਹੈ
ਇਹਦਾ ਜ਼ਮੀਨ ਜਾਇਜ਼ ਸ਼ੱਕ ਹੈ ਇਹਨਾਂ ਦਾ ਫਿਰ ਬੇ ਕੋਈ ਨਜਾਇਜ਼ ਨਹੀਂ ਸ਼ੱਕ ਇਹਨਾਂ ਦਾ ਜਮਾ ਜਾਇਜ਼ ਹੈ ਨਾ ਤੇ ਸ਼ੱਕ ਬੇ ਸੱਚ ਤਾਂ ਹੈਗਾ ਕਿੰਨੇ ਵਾਰ ਤਾਂ ਤੂੰ ਮੇਰੇ ਤੋਂ ਪੈਸੇ ਲੈ ਕੇ ਗਿਆ ਚੰਗਾ ਫਿਰ ਲਾਉਣੀ ਤੇਰੇ ਵਾਸਤੇ ਰੋਟੀ ਮੈਂ ਮੇਰੀ ਗੱਲ ਸੁਣ ਭੈਣੇ ਮੈਨੂੰ 1,000 ਰੁਪਈਆ ਦੇ ਦੇ ਰੋਟੀ ਤਾਂ ਰਹਿਣ ਦੇ ਮੈਂ ਢਾਬੇ ਦੀ ਖਾ ਲੂੰਗਾ ਕਿਤੇ ਰਾਹ 'ਚ ਦੇਖਿਆ ਮੈਂ ਪਹਿਲੀ ਕਿਹਾ ਤੀ ਵੀ ਤੂੰ ਪੈਸੇ ਲੈਣ ਆਇਆ ਮੇਰੇ ਕੋਲ ਦੀਪੇ ਪੈਸੇ ਹੈ ਨਹੀਂ ਬਾਈ ਬਣ ਕੇ ਮੈਂ ਤਾਂ ਭੈਣੇ ਤੇਰੇ ਲਈ ਮਾਣ ਕਰਕੇ ਆਇਆ ਤੀ ਆਹੋ ਮੈਨੂੰ ਪਤਾ ਹੈ ਤੂੰ ਕਿਹੜਾ ਮਾਣ ਕਰਕੇ ਆਇਆ ਤੀ ਪੈਸੇ ਮੰਗਣ ਆਇਆ ਤੀ ਦੇਖ ਦੀਪੇ ਮੈਂ ਤੈਨੂੰ ਵਾੜੇ ਵਾਰੇ ਪੈਸੇ ਦਿੱਤੇ ਨੇ ਬਾਈ ਮਾੜਾ ਮਾੜਾ ਮੇਰੇ ਤੇ ਤਰਸ ਕਰ ਮੈਂ ਵੀ ਬਗਾਨੇ ਘਰ ਬੈਠੀ ਹਾਂ ਲੈ ਬਗਾਨਾ ਘਰ ਕਾਹਦਾ ਇਹ ਤਾਂ ਹੁਣ ਆਪਦਾ ਘਰ ਹੀ ਹੈ ਭੈਣੇ ਤੇਰਾ ਜਾ ਲਿਆ ਮੇਰੀ ਭੈਣ ਬਣ ਕੇ ਮੈਂ ਵੀ ਜਾਵਾਂ ਬਾਜ ਦੇ ਆਉਣ ਤੋਂ ਪਹਿਲਾਂ ਦੀਪੇ ਬਾਈ ਦੇਖ ਮੇਰੇ ਕੋਲ 500 ਰੁਪਈਆ ਉਹ ਮੈਂ ਤੈਨੂੰ ਦੇ ਸਕਦੀ ਹਾਂ ਚਲ 500 ਲਿਆ ਦੇ ਭੈਣੇ ਜਾ ਭੈਣੇ ਛੇਤੀ ਲਿਆ ਬਾਜ ਦੇ ਆਉਣ ਤੋਂ ਪਹਿਲਾਂ ਲਿਆਉਣੀ ਆ ਦੀਪੇ ਤੂੰ ਐਂ ਕਰ ਬੇਬੇ ਨੂੰ ਮਿਲ ਕੇ ਆ ਬੇਬੇ ਬੂਟਰ ਬੇਟੇ ਜਾ ਕੇ ਜਾਂਦੇ ਮੇਰੇ ਘਰੀ ਜਾ ਤੂੰ ਬੇਬੇ ਨੂੰ ਮਿਲਿਆ ਮੈਂ ਬਾਹਰ ਜਾ ਕੇ ਫੜਾਉਂਦੀ ਤੈਨੂੰ ਪੈਸੇ ਆ ਜਾ ਕੇ ਛੇਤੀ ਚੰਗਾ ਫਿਰ ਮਾਸੀ ਮੈਂ ਤਾਂ ਜਾਣਾ ਚੰਗਾ ਭੈਣੇ ਮੈਂ ਹੁਣ ਜਾਣਾ ਚੰਗਾ ਬਾਈ ਸਿੱਧਾ ਘਰੇ ਵਗ ਜੀ ਰਾਹਾਂ ਚ ਨਾ ਤੁਰ ਫਿਰੀ ਨਾ ਠੀਕ ਆ ਬਾਈ ਘਰੀ ਜਾਊਂਗਾ ਹੋਰ ਕਿਤੇ ਤੇ ਫਿਕਰ ਲੱਗਿਆ ਰਹਿੰਦਾ ਸਾਨੂੰ ਫਿਰ ਅੱਜ ਆਇਆ ਤੀਗਾ ਉਹ ਸਲੱਗ ਕਿਹੜਾ ਸਲੱਗ ਇੱਕੋ ਹੀ ਤਾਂ ਹੈਗਾ ਸਲੱਗ ਇਹਦਾ ਭਾਈ ਉਹ ਕਿਵੇਂ ਆ ਗਿਆ ਮੈਂ ਇਹਨੂੰ ਕਹਿ ਦਈਗਾ ਆਪਦੀ ਮਾਂ ਨੂੰ ਕਹਿਦੀ ਵੀ ਸਾਡੇ ਘਰੇ ਨਾ ਉਹ ਬੜੇ ਕੁਛ ਨਹੀਂ ਕਿਹਾ ਇਹਨੇ ਤਾਂ ਆਪਦੀ ਮਾਂ ਨੂੰ ਆਇਆ ਸੀ ਉਹ ਤਾਂ ਅੱਛਾ ਪੈਸੇ ਲੈ ਕੇ ਗਿਆ ਹੂ ਇਤੋਂ ਲਗਾਈ ਹੋ ਭਾਈ ਮੈਂ ਤੈਨੂੰ ਕਿਹਾ ਤੀਗਾ ਵੀ ਬੇਬੇ ਨੂੰ ਕਹਿਦੀ ਵੀ ਸਾਡੇ ਨਾਲ ਹੋ ਬੜੇ ਬੇਬੇ ਨੂੰ ਤਾਂ ਮੈਂ ਕਿਹਾ ਤੀ ਉਹ ਕਿਹੜਾ ਬੇਬੇ ਦੀ ਸੁਣਦਾ ਹੈ ਬਾਹਰ ਦੀ ਬਾਰੀ ਆ ਗਿਆ ਮੈਂ ਤੈਨੂੰ ਦੱਸਤਾ ਹੁਣ ਜੇ ਕਹਿਣਾ ਕਹਿਦੀ ਬੇਬੇ ਨੂੰ ਨਹੀਂ ਜੇ ਉਰੇ ਆਇਆ ਨਾ ਮੁੜ ਕੇ ਕੁੱਟ ਕੇ ਭੇਜੂ ਮੈਂ ਉਹਨੂੰ ਕੁੱਟ ਕੇ ਕੇ ਭੇਜੂਗੇ ਛੋਟਾ ਕਿਹੜਾ ਕੁਛ ਲੱਗਦਾ ਨਹੀਂ ਜੇ ਹੁਣ ਆ ਜਾਂਦਾ ਘਰੋਂ ਤਾਂ ਨਹੀਂ ਕੱਢਿਆ ਜਾਂਦਾ ਤੈਨੂੰ ਮੇਰਾ ਭਾਈ ਆ ਉਹ ਬੜਾ ਸਟੈਂਡ ਜਾਂ ਨਾ ਲੈ ਉਹਦੇ ਪਿੱਛੇ ਜੇ ਜਿਆਦਾ ਹੈ ਜਾਂਦਾ ਨਾ ਉੱਥੇ ਰਹਿਣ ਲੱਗ ਜਾ ਆਪਦੀ ਮਾਂ ਕੋਲੇ ਲੈ ਤੁਸੀਂ ਕਈਆਂ ਦੀਆਂ ਗੱਲਾਂ ਕਰਦੇ ਹੋ ਮੈਂ ਤੈਨੂੰ ਸਮਝਾਈਦਾ ਜਾਂਦਾ ਇਹ ਵੀ ਸਾਡੇ ਘਰੇ ਨਾ ਵੜੇ ਨਾ ਵੜੇ ਤੂੰ ਹੋਰ ਹੀ ਗੱਲਾਂ ਕਰੀ ਜਾਂਦੀ ਆ ਮੇਰੇ ਮੈਂ ਬੇਬੇ ਨੂੰ ਫੋਨ ਕਰਿਆ ਤੀਗਾ ਉਦੋਂ ਮੇਰਿਆ ਨਹੀਂ ਹੈਗਾ ਫੋਨ ਬੰਦ ਆਈ ਆਂਤੀ ਕੋਈ ਨਾ ਮੈਂ ਕਰਕੇ ਕਹਿ ਦੂੰਗੀ ਵੀ ਉਰੇ ਇਹ ਕਿਉਂ ਆਉਂਦਾ ਹੈਗਾ ਮੇਰੇ ਸਾਲੇ ਦੀ ਹੋਰ ਹੀ ਗੱਲਾਂ ਸੁਣਾਉਂਦੀ ਆ ਮੂਰੋਂ ਤੇ ਹੋਰ ਹੁਣ ਪਹਿਲਾਂ ਮੇਰਾ 1200 ਰੁਪਈਆ ਚੱਕ ਕੇ ਲੈ ਗਿਆ ਤੀ ਚੋਰ ਨਾ ਹੋਵੇ ਕਿਸੇ ਥਾਂ ਦਾ ਹੋਰ ਇਸੇ ਗੱਲੋਂ ਤਾਂ ਮੈਨੂੰ ਨਫ਼ਰਤ ਹੈ ਉਹਦੇ ਨਾਲ ਅੱਛਾ ਦੀਪਾ ਸੀ ਪੁੱਤ ਤੇਰੇ ਕੋਲੇ ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਵੀ ਮਰ ਜਾਣਾ ਉੱਥੇ ਬਾਗ ਨਾ ਜਾਵੇ ਤੇ ਮੈਂ ਕਿਹਾ ਸੀ ਨਾਲੇ ਮੈਂ ਕਿਹਾ ਸੁਖਪਾਲ ਕੋਲੇ ਜਾਈ ਨਾ ਜੱਸਾ ਇਤਰਾਜ ਕਰਦਾ ਹੈ ਅੱਛਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਬੇਬੇ ਇਹ ਤੈਨੂੰ ਦੱਸ ਕੇ ਨਹੀਂ ਆਇਆ ਇਹ ਤਾਂ ਕਹਿੰਦਾ ਨਾ ਪਿੰਡ 'ਚ ਫਿਰਦਾ ਫਿਰਦਾ ਮੈਂ ਤਾਂ ਅੱਡੇ ਤੋਂ ਬਸ ਚੜਿਆ ਤੇਰੇ ਕਨੀ ਜੀ ਕਰਿਆ ਤਾਂ ਉਹਨੂੰ ਮਿਲਣ ਪੁੱਤ ਪੈਸੇ ਪੂਸੇ ਤਾਂ ਨਹੀਂ ਮੰਗਦਾ ਸੀ ਤੈਥੋਂ ਤੈਨੂੰ ਤਾਂ ਪਤਾ ਹੀ ਹੈ ਬੇਬੇ 1,000 ਰੁਪਈਆ ਮੰਗਦਾ ਤੀ 500 ਦੇ ਕੇ ਤੋਰਿਆ ਹਰ ਕੇ ਮੈਂ ਤੂੰ ਕਾਹਨੂੰ ਦੇਣੇ ਸੀ ਪੁੱਤ ਕੀ ਕਰਾਂ ਬੇਬੇ ਜਦੋਂ ਖੈੜੀ ਪੈ ਜਾਂਦਾ ਬਸ ਤੂੰ ਇਹਨੂੰ ਹਿਸਾਬ ਜਿਨਾ ਰੋਕ ਲੈ ਇਹ ਤੇ ਮੇਰੇ ਬੇਬੇ ਨਾ ਬਾਲੇ ਔਖੇ ਪਾਰੇ ਹੁੰਦੇ ਨੇ ਤੇ ਇਹ ਸਾਡੇ ਘਰੇ ਨਹੀਂ ਵੜਨਾ ਚਾਹੀਦਾ ਕਹਿੰਦੇ ਇਹਨਾਂ ਨੇ ਤਾਂ ਕਹਿਣਾ ਹੀ ਆ ਪੁੱਤ ਇਹ ਤਾਂ ਸੱਚੇ ਨੇ ਮੈਂ ਬਥੇਰੀ ਸਖਤਾਈ ਨਾਲ ਕਿਹਾ ਸੀ ਇਹਨੂੰ ਵੀ ਜਾਈ ਨਾ ਫਿਰ ਮੇਰੀ ਕਿਹੜਾ ਮੰਨਦਾ ਟਹਿ ਜਾਣਾ ਮੰਨਦਾ ਨਹੀਂ ਇਹਦੇ ਬੇਬੇ ਮੈਨੂੰ ਪਤਾ ਹੀ ਹੈ ਮੈਂ ਬਹੁਤ ਕਸੂਤੀ ਫਸੀ ਆ ਤੂੰ ਮਾੜਾ ਜਿਹਾ ਇਹਨੂੰ ਹਿਸਾਬ ਨਾ ਕਹਿ ਦੇ ਫਿਰ ਵੀ ਕੋਈ ਨਾ ਪੁੱਤ ਹਾਲੇ ਤੱਕ ਤਾਂ ਘਰੇ ਆਇਆ ਨਹੀਂ ਜਦੋਂ ਆ ਗਿਆ ਮੈਂ ਕਰਦੀ ਆ ਗੱਲ ਤੂੰ ਫਿਕਰ ਨਾ ਕਰ ਚੰਗਾ ਫਿਰ ਬੇਬੇ ਸਮਝਾ ਦੀ ਕੋਈ ਨਾ ਚੰਗਾ ਹਾਏ ਵੇ ਰੱਬਾ ਮੈਨੂੰ ਤਾਂ ਦੁਖੀ ਕਰਿਆ ਪਿਆ ਇਹਨੇ ਹੈ ਨਹੀਂ ਵੀ ਕੁੜੀ ਨੂੰ ਤਾਂ ਵਸਣ ਦੇ ਘੱਟੋ ਘੱਟ ਮੈਨੂੰ ਤਾਂ ਇਹਨੇ ਜਮੀ ਦੁਖੀ ਕਰਿਆ ਪਿਆ ਬਈ ਆ ਗਿਆ ਤੂੰ ਸੁਖਪਾਲ ਕੋਲੇ ਕੀ ਲੈਣ ਗਿਆ ਸੀ ਮੈਂ ਤਾਂ ਉਹੀ ਬਾਗ ਗਿਆ ਮਿਲਣ ਅੱਛਾ ਤੈਨੂੰ ਫੋਨ ਆ ਗਿਆ ਭੈਣ ਦਾ ਬਈ ਮੈਂ ਤੈਨੂੰ ਆਖਿਆ ਤੇ ਉੱਥੇ ਨਹੀਂ ਜਾਣਾ ਉਹਦੀ ਸੱਸ ਤੇ ਪਰਾਉਣਾ ਇਤਰਾਜ ਕਰਦੇ ਨੇ ਉਹ ਬੇਬੇ ਜਮਾਂ ਇਤਰਾਜ ਨਹੀਂ ਕਰਦੇ ਭੈਣ ਤਾਂ ਆਪ ਲੋਈ ਬਣਾ ਕੇ ਗਾਇੰਦੀ ਹੈ ਮਾਸੀ ਦੇ ਪਰਾਉਣਾ ਮੈਨੂੰ ਤਾਂ ਵਧੀਆ ਬੁਲਾਉਂਦੇ ਨੇ ਜਦੋਂ ਜਾਣਾ ਨਾ ਹੋਰ ਦੱਸ ਕੀ ਤੇਰੇ ਡਾਂਗ ਮਾਰਨ ਬੇਸ਼ਰਮ ਹੋ ਕੇ ਵਗ ਜਾਣਾ ਤੈਨੂੰ ਸ਼ਰਮ ਨਹੀਂ ਆਉਂਦੀ ਭੈਣ ਕੋਲੇ ਆਪਦੀ ਕੋਲੇ ਪੈਸੇ ਮੰਗਣ ਜਾਣਾ ਕਿਹੜੇ ਪੈਸੇ ਮੰਗਣ ਜਾਣਾ ਮੈਂ ਤਾਂ ਕੋਈ ਪੈਸੇ ਨਹੀਂ ਮੰਗੇ ਬੇ ਰਹਿਣ ਦੇ ਰਹਿਣ ਦੇ ਉਹ ਤਾਂ 500 ਰੁਪਈਆ ਭੈਣ ਨੇ ਆਪ ਹੀ ਦੇਤਾ ਮੈਨੂੰ ਆਹੋ ਦੇਤਾ ਉਹਨੇ ਉਹਦੇ ਕੋਲੇ ਵਾਧੂ ਆਏ ਨੇ ਖਬਰਦਾਰ ਹੈ ਜੇ ਤੂੰ ਪਿੱਛੋਂ ਉੱਥੇ ਗਿਆ ਉਹਦਾ ਕਰਤਾ ਬਸਣ ਦੇ ਦੇ ਨਾ ਮੈਂ ਉੱਥੇ ਜਾ ਕੇ ਹੀ ਕਰਤਾ ਜੀ ਮਿਲਿਆ 10 ਕਿਲੋ ਲੋੜਾ ਆ ਗਿਆ ਬਸ ਤਾਂ ਹੁਣ ਉੱਥੇ ਨਹੀਂ ਜਾਣਾ ਦੱਸਤਾ ਤੈਨੂੰ ਪੈਸੇ ਦਾ ਪੀਰ ਹੈ ਤੂੰ ਤਾਂ ਕੋਈ ਗੱਲ ਨਹੀਂ ਅਕੜੇ ਤੇਰੇ ਮਿਲਣ ਨੂੰ ਉੱਥੇ ਧੂੜ ਵੀ ਬੜੀ ਲੱਗੀ ਪਈ ਐ ਬੇਬੇ ਦੀ ਵੀ ਰੁਮਾਲ ਮੂਲ ਜੀ ਫਰੋਲ ਲਈ ਕੋਈ ਪੈਸੇ ਦਾ ਜੁਗਾੜ ਨਹੀਂ ਬਣਦਾ ਹੁਣ ਤਾਂ ਸੁਖਪਾਲ ਭੈਣੀ ਕੰਮ ਆਊਗੀ ਉਹ ਆ ਗਈ ਬਸ ਮਾਨਸਾ ਨੂੰ ਚੜੀਏ ਆ ਕਿੱਧਰੋਂ ਆਉਂਦਾ ਮੂੰਹ ਚੱਕੀ ਸਤਿ ਸ੍ਰੀ ਅਕਾਲ ਮਾਸੀ ਸਤਿ ਸ੍ਰੀ ਅਕਾਲ ਹਾਂ ਦੱਸ ਦੀਪੇ ਕਿਵੇਂ ਬਸ ਮੈਂ ਤਾਂ ਭੈਣ ਨੂੰ ਮਿਲਣ ਆਇਆ ਸੀ ਮਾਸੀ ਉਹ ਤਾਂ ਹੈ ਨਹੀਂ ਭਾਈ ਰਿਸ਼ਤੇਦਾਰੀ 'ਚ ਗਏ ਨੇ ਉਹ ਤਾਂ ਪਾਠ 'ਤੇ ਆਥਣ ਤੱਕ ਮੁੜਨਗੇ ਅੱਛਾ ਮੈਂ ਤਾਂ ਆਪ ਜਾਣਾ ਕਿਸੇ ਕੰਮ ਸੰਨੀ ਕਰਕੇ ਜਾਂਦੀ ਸੀ ਮੈਂ ਤਾਂ ਚਲ ਮਾਸੀ ਪਾਣੀ ਤਾਂ ਪਿਆ ਦੇ ਲਿਆਉਣੀ ਆ ਮੈਂ
ਚੰਗਾ ਮਾਸੀ ਫਿਰ ਮੈਂ ਤਾਂ ਜਾਣਾ ਦੱਸ ਦਿਓ ਭੈਣ ਨੂੰ ਚੰਗਾ ਵੀ ਦੀਪਾ ਆਇਆ ਸੀ ਕੋਈ ਨਾ ਦੱਸ ਦੂੰਗੀ ਆ ਗਏ ਪੁੱਤ ਹਾਂ ਬਸਾਂ ਨਿਕਲ ਕੇ ਆਏ ਆ ਮਨਜੀਤ ਹੋਰੀ ਕਹਿੰਦੇ ਅੱਜ ਨਹੀਂ ਜਾਣ ਦਿੰਦੇ ਲੈ ਦੱਸ ਫੇਰ ਆਪਦਾ ਵੀ ਘਰ ਦਾ ਦੇਖਣਾ ਪੁੱਤ ਵਾ ਹੋਰ ਮਾਣੀ ਕਹਿੰਦੀ ਰਹੋ ਅੱਜ ਤਾਂ ਕਈ ਰਿਸ਼ਤੇਦਾਰਾਂ ਤੋਂ ਜਾਣੇ ਫਿਰ ਆਪਾਂ ਗੱਲਾਂ ਕਰਾਂਗੇ ਮੈਂ ਕਿਹਾ ਘਰੇ ਨਹੀਂ ਸਰਦਾ ਭਾਈ ਐਂ ਕਿਵੇਂ ਰਹਿ ਜੀਏ ਹੋਰ ਮਾਹੌਲ ਦੇ ਕਿੰਨਾ ਖਰਾਬ ਹੈ ਅੱਜ ਇਹਦਾ ਭਾਈ ਆਇਆ ਸੀ ਦੀਪਾ ਹੈ ਉਹ ਕੀ ਲੈਣ ਆਇਆ ਤੀ ਉਰੇ ਮੋੜ ਤਾਂ ਫਿਰ ਮੈਂ ਤਾਂ ਮਾਂ ਭਾਈ ਹੈ ਨਹੀਂ ਘਰੇ ਉਹ ਤਾਂ ਪਾਠ ਤੇ ਗਏ ਨੇ ਮੁੜ ਗਿਆ ਬੇਬੇ ਫਿਰ ਤੇ ਹੋਰ ਚੱਲ ਪਾਣੀ ਤਾਂ ਪੈ ਆਂਦੀ ਬੇਬੇ ਹੋਰ ਬਗੈਰ ਪਾਣੀ ਤਾਂ ਮੋੜਤਾ ਮੈਂ ਤੈਨੂੰ ਕਿਹਾ ਤੀ ਉਰੇ ਵੜਨਾ ਨਹੀਂ ਚਾਹੀਦਾ ਇਹ ਨਹੀਂ ਹਟਦਾ ਭਾਈ ਕੀ ਕਰੀਏ ਬੇਬੇ ਫਿਰ ਮੈਂ ਤਾਂ ਬਥੇਰੇ ਵਾਰੀ ਕਹਿਤਾ ਇਹ ਨਹੀਂ ਮੰਨਦਾ ਤੂੰ ਤਾਂ ਬਸ ਆਏ ਵਾਰ ਇਹੀ ਗੱਲ ਕਹਿ ਰਿਹਾ ਕਰ ਚੱਲ ਕੋਈ ਗੱਲ ਨਹੀਂ ਮੋੜ ਤਾਂ ਦਿੱਤਾ ਬੇਬੇ ਨੇ ਅੱਜ ਮੈਂ ਕਹਿੰਦਾ ਜੇ ਤੇਰੇ ਕਹੇ ਸਰਜੇ ਚੰਗਾ ਨਹੀਂ ਮੈਥੋਂ ਬੇਇੱਜ਼ਤੀ ਕਰਾਊਗਾ ਕਦੇ ਉਹ ਚੱਲ ਫਿਰ ਕੀ ਹੁੰਦਾ ਜੇ ਆ ਜਾਂਦਾ 5 ਮਿੰਟ ਲਾ ਕੇ ਚਾਹ ਪਾਣੀ ਪੀ ਕੇ ਮੁੜ ਜਾਂਦਾ ਆਖਰ ਨੂੰ ਮੇਰਾ ਭਰਾ ਆਇਆ ਤੁਸੀਂ ਇਹ ਤਾਂ ਸੋਚ ਲਓ ਕੀ ਸੋਚ ਲਓ ਨਾ ਜਦੋਂ ਬੇਬੇ ਦੇ ਪੈਸੇ ਕੱਢੇ ਤੀ 1200 ਰੁਪਿਆ ਉਦੋਂ ਕਿੱਧਰ ਗਈ ਸੀ ਤੂੰ ਮੈਂ ਕਿਵੇਂ ਬਾੜ ਲਾਂ ਇਹੋ ਜਿਹੇ ਬੰਦੇ ਨੂੰ ਘਰੇ ਫਿਰ ਜਦੋਂ ਹਟਦਾ ਹੀ ਨਹੀਂ ਹੈਗਾ ਮੈਂ ਕਿੰਨੇ ਵਾਰ ਤੱਕ ਕਹਿਤਾ ਚਾਹ ਜਾਣੇ ਨੂੰ ਹਟੇ ਕਿਵੇਂ ਪੈਸੇ ਮਿਲਦੇ ਆ ਨਸ਼ੇ ਵਾਸਤੇ ਪੈਸੇ ਨਾਲ ਮੇਰੇ ਕੋਲ ਕਿੰਨੇ ਕ ਪੈਸੇ ਹੁੰਦੇ ਨੇ ਕੀ ਕਹਿਣਾ ਜੇ ਇੱਕ ਦੋ ਵਾਰੀ ਲੈ ਗਿਆ ਹੋਵੇ ਮੇਤੋਂ ਲੈ ਗਿਆ ਹੋਵੇ ਤੇਥੋਂ ਧਾਰੇ ਮੰਗ ਕੇ ਲੈ ਜਾਂਦਾ ਬੇਬੇ ਦੇ ਚੋਰੀ ਕਰਕੇ ਲੈ ਜਾਂਦਾ ਚੱਲ ਜੇ ਗਲਤੀ ਕਰ ਗਿਆ ਇੱਕ ਵਾਰੀ ਮੋੜ ਤਾਂ ਦਿੱਤੇ ਬੇਬੇ ਨੇ ਬੇਬੇ ਦੇ ਪੈਸੇ ਹੁਣ ਆਹੋ ਇਹ ਕੰਮ ਲੋਟ ਹੈ ਪਹਿਲਾਂ ਚੋਰੀ ਕਰਕੇ ਲੈ ਜਿਆ ਕਰੇ ਪਿੱਛੋਂ ਆਪਦੀ ਬੇਬੇ ਤੋਂ ਮੜਵਾ ਦਿਆ ਕਰੇ ਬੇਬੇ ਨੇ ਤਾਂ ਵਿਚਾਰੇ ਨੇ ਫਿਰ ਮੋੜਨੀ ਨੇ ਉਹ ਕਿਹੜਾ ਸਿਖਿਆ ਕੇ ਭੇਜਦੀ ਹੈ ਵੀ ਚੋਰੀ ਕਰ ਲੈ ਇਹ ਜਾ ਕੇ ਚੰਗਾ ਜਾ ਚਾਹ ਬਣਾ ਲੈ ਨਾਲੇ ਪਾਣੀ ਲਿਆ ਘੁੱਟ ਸੁਖਪਾਲ ਸਿਲੰਡਰ ਵਾਲੇ ਆ ਰਹੇ ਆ ਗੁਰਦੁਆਰੇ ਬੋਲਿਆ ਲਿਆ ਮੈਨੂੰ ਫੜਾ ਕਾਪੀ ਮੈਂ ਲਿਆ ਮਸਲੇ ਫੜਾਉਣੀ ਆ ਹੋਰ ਮੈਂ ਸਿਲੰਡਰ ਕਿੱਥੇ ਸਿਲੰਡਰ ਕਿੱਥੇ ਆਪਣਾ ਸਿਲੰਡਰ ਤਾਂ ਉਰੇ ਪਿਆ ਹੁੰਦਾ ਆਪਣਾ ਪੌੜੀਆਂ ਕੋਲੇ ਨਾ ਉਰੇ ਤਾਂ ਹੈ ਨਹੀਂਗਾ ਇੱਧਰ ਨਾ ਰੱਖਤਾ ਹੋਵੇ ਕਿਸੇ ਨੇ ਨਾ ਯਾਰ ਐਂ ਗਿਆ ਕਿੱਧਰ ਸਿਲੰਡਰ ਬੇਬੇ ਨੂੰ ਪੁੱਛ ਲੈਣੀ ਕਿਤੇ ਬੇਬੇ ਨੇ ਧਰਤਾ ਹੋ ਕੇ ਚੱਕ ਕੇ ਬੇਬੇ ਤੂੰ ਸਿਲੰਡਰ ਤਾਂ ਨਹੀਂ ਚੱਕ ਕੇ ਤੇ ਰੱਖਦੇ ਆਪਣਾ ਨਾ ਪੁੱਤ ਮੈਂ ਤਾਂ ਕੋਈ ਧਰਿਆ ਨਹੀਂ ਆਪਣਾ ਸਿਲੰਡਰ ਤੇ ਪੌੜੀ ਕੋਲ ਹੀ ਪਿਆ ਹੁੰਦਾ ਮੈਂ ਨਹੀਂ ਧਰਿਆ ਹੈਗਾ ਨਾ ਮੈਂ ਦੇਖਿਆ ਕੱਲ ਤਾਂ ਉਰੇ ਪਿਆ ਸੀਗਾ ਜਦੋਂ ਅਸੀਂ ਗਏ ਆਗੇ ਕੱਲ ਤਾਂ ਮੈਂ ਵੀ ਦੇਖਿਆ ਉਰੇ ਪਿਆ ਸੀ ਮੈਨੂੰ ਤਾਂ ਲੱਗਦਾ ਫਿਰ ਉਹੀ ਲੈ ਗਿਆ ਕੁੱਤੇ ਦਾ ਪੁੱਤ ਹਾਂ ਉਹ ਨਹੀਂ ਸੁਧਰ ਸਕਦਾ ਇਹਨਾਂ ਦੇ ਤਾਂ ਖੂਨ ਚ ਰਚੀ ਹੋਈ ਆ ਚੋਰੀ ਖੂਨ ਚ ਰਚਣ ਵਾਲੀ ਕਿਹੜੀ ਗੱਲ ਹੈ ਬੇਬੇ ਮੈਂ ਚੱਪੀੜਾ ਮਰੂੰ ਸਲੀ ਦੇ ਹਜੇ ਉਹਦਾ ਪੱਖ ਲੈਣੋਂ ਨਹੀਂ ਹਟਦੀ ਉਹਨੂੰ ਕਹਿ ਦੇ ਕਤੀੜ ਨੂੰ ਸਿੱਧਾ ਹੋ ਕੇ ਸਿਲੰਡਰ ਧਰ ਜੇ ਸਾਡਾ ਨਹੀਂ ਮੈਂ ਥਾਣੇ ਪਰਚਾ ਕਰਾਉਂ ਚੱਲ ਕੋਈ ਨਾ ਮੈਂ ਕਹਿਣੀ ਹੈ ਬੇਬੇ ਨੂੰ ਫੋਨ ਕਰਦੀ ਹਾਂ ਬੇਬੇ ਤੈਥੋਂ ਵੀ ਨਹੀਂ ਧਿਆਨ ਰੱਖਿਆ ਗਿਆ ਨਿਗਾਹ ਤਾਂ ਰੱਖਦੀ ਮਾੜੀ ਮੋਟੀ ਉਹਦੇ ਤੇ ਬੇ ਕੀ ਨਿਗਾਹ ਰੱਖਦੀ ਮੈਂ ਤਾਂ ਉਹਦੀ ਮੋੜਤਾ ਕੀ ਪਤਾ ਕਿਹੜੇ ਵੇਲੇ ਲੱਗਿਆ ਮੈਨੂੰ ਤਾਂ ਪਤਾ ਹੀ ਲੱਗਿਆ ਹਾਂ ਪੁੱਤ ਸੁਖਪਾਲ ਇਹ ਤਾਂ ਕਰਤਾ ਬੇਬੇ ਉਹੀ ਕੰਮ ਸਿਲੰਡਰ ਚੱਕ ਕੇ ਲੈ ਗਿਆ ਸਾਡਾ ਸਿਲੰਡਰ ਚੱਕ ਕੇ ਲੈ ਗਿਆ ਪੁੱਤ ਇਹ ਆਇਆ ਸੀ ਤੇਰੇ ਕੋਲੇ ਹਾਂ ਆਇਆ ਸੀ ਬੇਬੇ ਅਸੀਂ ਤਾਂ ਰਿਸ਼ਤੇਦਾਰੀ 'ਚ ਗਏ ਹੋਏ ਤੇ ਬੇਬੇ ਘਰੇ ਕੱਲੀ ਤੀ ਮੇਰੀ ਕਰਾਈ ਮਾੜੀ ਜਿਹਦੇ ਨਾਲ ਗੱਲ ਪੁੱਤ ਉਹ ਤੋਂ ਘਰੇ ਅਜੇ ਆਇਆ ਹੀ ਨਹੀਂ ਅੱਛਾ ਚੱਲ ਮੈਂ ਤੇਰੇ ਕੋਲ ਹੀ ਆਉਣੀ ਆ ਬੇਬੇ ਹਾਂ ਕੀ ਕਹਿੰਦਾ ਉਹ ਤਾਂ ਘਰੇ ਨਹੀਂ ਗਿਆ ਅਜੇ ਮੈਂ ਜਾਣੀ ਆ ਉੱਥੇ ਮੈਂ ਕਰਦੀ ਆ ਗੱਲ ਉਹਦੇ ਨਾਲ ਚੰਗਾ ਜਾ ਦੇਖ ਲੈ ਬੇਬੇ ਇਹਨੇ ਤਾਂ ਮੈਨੂੰ ਕਾਸੇ ਜੋਗਾ ਨਹੀਂ ਛੱਡਿਆ ਮੈਨੂੰ ਕਹਿੰਦੇ ਸਿਲੰਡਰ ਘਰੇ ਆਉਣਾ ਚਾਹੀਦਾ ਨਹੀਂ ਤਾਂ ਅਸੀਂ ਥਾਣੇ ਪਰਚਾ ਕਰਾਵਾਂਗੇ ਹਾਏ ਵੇ ਰੱਬਾ ਬੂ ਮੈਂ ਮਰ ਜਾ ਮੈਂ ਤਾਂ ਇਹਨੇ ਕਾਸੇ ਜੋਗੀ ਨਹੀਂ ਛੱਡੀ ਮੈਂ ਇਹਨੂੰ ਕਿੱਥੋਂ ਇਹਦਾ ਢਿੱਡ ਪੂਰਾ ਕਰੂੰਗੀ ਨਾ ਇਹ ਮਰਦਾ ਨਾ ਇਹ ਪਰਾਂ ਉਰਾ ਜਾਂਦਾ ਕਿਸੇ ਪਾਸੇ ਮੈਂ ਤਾਂ ਬਾਲੀ ਔਖੀ ਕਰਤੀ ਤੀ ਇਹ ਬੇਬੇ ਤੇਰਾ ਤਾਂ ਲਹੂ ਪੀਣੀ ਤੀ ਇਹਨੇ ਤਾਂ ਮੇਰਾ ਹੀ ਪੀਰ ਖਿਆ ਮੈਂ ਇਹੀ ਜੇ ਭਰਾ ਤੋਂ ਕੀ ਕਰਾਉਣਾ ਜਿਹੜਾ ਭੈਣ ਦੇ ਘਰ ਪੱਟਣ ਤੇ ਤੁਲਿਆ ਹੋਇਆ ਹੈ ਲੈ ਉਹ ਆ ਗਿਆ ਉਹ ਆਉਂਦਾ ਝੂਲਦਾ ਲੈ ਭੈਣ ਆਈ ਬੈਠੀ ਹੈ ਮੈਂ ਭੈਣੇ ਤੈਨੂੰ ਮਿਲਣ ਗਿਆ ਸੀ ਉੱਥੇ ਤੂੰ ਹੈ ਨਹੀਂ ਸੀ ਮੇਰੀ ਗੱਲ ਸੁਣ ਲੈ ਦੀਪੇ ਸਾਡਾ ਸਿਲੰਡਰ ਕਿੱਥੇ ਉਹ ਦੱਸ ਦੇ ਮੇਰੇ ਨਾਲ ਤਾਂ ਬਾਲੀ ਪੈੜੀ ਕੀਤੀ ਉਹਨਾਂ ਨੇ ਨਾ ਕਿਹੜਾ ਸਿਲੰਡਰ ਭੈਣੇ ਬੇ ਦੱਸ ਦੇ ਸਿਲੰਡਰ ਕਿੱਥੇ ਹੈ ਮਰ ਜਾਣਾ ਕਿਉਂ ਬਦਲੇ ਲੈਣਾ ਤੂੰ ਮੇਰੀ ਗੱਲ ਸੁਣ ਲੈ ਦੀਪੇ ਮੈਨੂੰ ਉਹਨਾਂ ਨੇ ਕਹਿ ਕੇ ਭੇਜਿਆ ਨਹੀਂ ਤਾਂ ਸਾਡਾ ਸਿਲੰਡਰ ਮੋੜ ਦੇ ਨਹੀਂ ਤਾਂ ਪਰਚਾ ਕਰਾਉਣਗੇ ਤੇਰੇ ਤੇ ਥਾਣੇ ਜਾਣਗੇ ਜਦੋਂ ਮੈਂ ਕੋਈ ਸਿਲੰਡਰ ਚੱਕੀ ਨਹੀਂ ਹੈਗਾ ਭੈਣੇ ਮੈਂ ਕਿਵੇਂ ਮੋੜਾ ਹੋਣਾ ਬੇ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਨਸ਼ੇ 'ਚ ਤੇਰੀ ਜਮੀ ਜ਼ਮੀਰ ਮਰ ਗਈ ਮਾੜਾ ਮੋਟਾ ਤਰਸ ਕਰ ਲੈਂਦਾ ਮੇਰੇ ਤੇ ਤੇਰੇ ਵਰਗੇ ਭਾਈ ਨਾਲ ਦੁਸ਼ਮਣ ਚੰਗਾ ਹੈ ਬੇ ਤੇਰੇ ਮੂਹਰੇ ਹੱਥ ਬੰਨਦੀਆਂ ਦੇ ਦੇ ਸਿਲੰਡਰ ਇਹਨਾਂ ਦਾ ਬਸ ਲੈਣ ਦੇ ਆਪਦੀ ਭੈਣ ਨੂੰ ਕਿਉਂ ਬਦਲੇ ਲੈਣਾ ਮੈਂ ਹੱਥ ਬੰਨਦੀਆਂ ਤੇਰੇ ਮੂਹਰੇ ਜਦੋਂ ਮੈਂ ਕੁਛ ਕੀਤੀ ਨਹੀਂ ਕਿੱਥੋਂ ਵਾਪਸ ਕਰਦੇ ਆ ਕਰਦੇ ਵਾਪਸ ਸਿਲੰਡਰ ਵਾਲੇ ਦਾ ਇਹਨੇ ਨਹੀਂ ਮੰਨਣਾ ਪੁੱਤ ਇਹ ਤਾਂ ਵੇਚ ਕੇ ਨਸ਼ਾ ਨੂੰ ਸਖ ਆ ਗਿਆ ਧੀਏ ਤੂੰ ਆਪਣਾ ਸਿਲੰਡਰ ਲੈ ਜਾ ਪੁੱਤ ਬੇਬੇ ਤੇਰਾ ਕੀ ਬਣੂਗਾ ਆਪਣੇ ਕੋਲ ਤਾਂ ਇੱਕੋ ਹੀ ਸਿਲੰਡਰ ਹੈ ਫਿਰ ਤੂੰ ਕੀ ਕਰੇਂਗੀ ਕੋਈ ਗੱਲ ਨਹੀਂ ਪੁੱਤ ਮੇਰਾ ਤਾਂ ਜਿਹੜਾ ਕੁਛ ਬਣੂ ਬਣੂ ਤੂੰ ਉਹਨਾਂ ਨੂੰ ਟਕਿਆ ਦੇ ਕੇ ਰਾਂ ਜੇ ਪਰਚਾ ਕਰਾਉਣਗੇ ਧੀਏ ਫਿਰ ਵੀ ਆਪਾਂ ਨੂੰ ਇਹਦਾ ਦੁੱਖ ਹੈ ਢਹਿ ਜਾਣੇ ਦਾ ਤੂੰ ਚੁੱਪ ਕਰਕੇ ਰਸੋਈ 'ਚੋਂ ਆਪਣਾ ਸਿਲੰਡਰ ਲਾ ਕੇ ਲੈ ਜਾ ਫਿਰ ਮੈਂ ਐਂ ਕਰਦੀ ਹਾਂ ਪੁੱਤ ਉਹਨੂੰ ਨੱਥੂ ਰਿਕਸ਼ੇ ਵਾਲੇ ਨੂੰ ਸੱਦ ਲੈਂਦੀ ਹਾਂ
नाले सिलेंडर ले जाऊगा तरके नाले तेन छेगा। ये नहीं बेबे मैं तो होना, मैं तेन रोटी तो क्यों बैठा था दीना तेन नहीं है तो चुला क्यों बालेंगी। चल मैं देख दी जाके की बन दे। अज नहीं मैं तेन जान दी पुत, कल नई सवेरे हूं तो नेरा हो जूगा। कोई ना बेबे अद्धे घंटे रास्ता सारा मैं हूं वग जूगी, हूं ना मैं रोक। चंगा पुत जे जाना है फिर सिलेंडर तो लै जाती। ना ना बेबे रहन दे। चल ठीक है बेबे कोई ना। चंगा पुत कोई ना फिक्र ना कर। चंगा पुत हजे तक नहीं आई हैगी, मैं लगता सवेरे आऊगी, टाइम तो बहुत हो गया। सवेरे आवे चाहे परसों आवे, हूँ सिलेंडर लाए बिना खड़ा नहीं छड़ता मैं इन्हों का। मेरा तो इरादा परचा करावा साले ते, मुड़के नहीं ये काम करूगा कदे। वही तो गल है जस्से, सत्त घर तो डैन भी छड़ दिंदी हुंदी है। एडा कुत्ता बंदा, इन्हें तो अपनी भैन के घर ही पाड़ ला लिया। ये माँ यह जिन आन क्यों दिंदी है? आप पोले पैरी चुप नहीं करना जस्से। कोई गल नहीं मैं तो आप कहना ले आ आ मोड़ तो उतर के आई हो। हाँ की कहना? कुछ नहीं कहना, वो तो मुकर गया, उन बेच बूझ दिता। चल कोई गल नहीं मैं थाने परचा करवाना जाके, सिलेंडर तो पुलिस दे नोहों च कढ़ा लू। मेरी गल सुनो, ऐ नहीं करीना हुंदा, बेबे मैनू सिलेंडर दिंदी थी, मैं कहा बेबे तू औखी होवेगी रोटियां कनियां। ना हो जूगा उन्हूं रोटियां कनियां औखा, सानू नहीं रोटियां कनियां औखा हुंदा हैगा, भेजदी कौआं पहले तेरी माँ तेरे चोर भाई नूं साडे घरे। चल बेबे कोई ना, ए नहीं करीदा हुंदा, अपने दो सिलेंडर होर हैगे ने, जो लई गया हुण की करिए। अच्छा अपने होर हैगे आके, वो भी चका दे उनू, मैनू नहीं पता, मैनू सिलेंडर कितों मर्जी हरा करके दो। चल कोई गल नहीं मैं बेबे नूं कह दूंगी, आपां नूं हौली हौली पैसे दे दूंगी सिलेंडर दे। ना हौली हौली जस्से चुप करके ना इहदे भाई ते परचा दे दे, आप ही कढ़ा लू पुलिस वी किहनूं बेचेगा। ले बेबे क्यों गल वधाउनी है, फिर भी मेरा भाई है, छड़ाउणा तां आपां नूं ही पऊगा। असीं छड़ावांगे, असीं कोई छड़ाउंदा नहीं कुत्ते बंदे नूं। कोई ना बेबे मैं मेरे बेबे तों लै के दे दूं सिलेंडर दे पैसे। आह दे दूं इह लै के पैसे, साडा तां सिलेंडर जाणा ती बग गया। ਕਿੱਥੇ ਵੇਚਿਆ ਪੁੱਤ ਸਿਲੈਂਡਰ ਦੱਸ ਦੇ ਮੈਨੂੰ। ਬੇ ਕਿਉਂ ਤੂੰ ਆਪਦੀ ਭੈਣ ਦਾ ਘਰ ਖਰਾਬ ਕਰਨ 'ਤੇ ਤੂੰ ਲਿਆ, ਉਹਨੂੰ ਮੀਣੇ ਮਾਰ ਮਾਰ ਕੇ ਮਾਰ ਦੇਣਗੇ। ਪਹਿਲਾਂ ਤਾਂ ਉਹਦੀ ਸੱਸ ਦਾ 1200 ਰੁਪਇਆ ਚੱਕ ਲਿਆ ਸੀ। ਨਾ 1200 ਰੁਪਇਆ ਮੋੜ ਤਾਂ ਦਿੱਤਾ ਤੂੰ ਬੇਬਾ, ਮਾਂ ਮੋੜ ਹੀ ਦਿੱਤਾ। ਸੁਖਪਾਲ ਨੂੰ ਤਾਂ ਸਾਰੀ ਉਮਰ ਦਾ ਮੀਣਾ ਹੋ ਗਿਆ, ਤੈਨੂੰ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਤੀ ਉਹਦੀ ਸੱਸ ਦੇ ਪੈਸੇ ਚੱਕਦੇ ਨੂੰ। ਪਤਾ ਵੀ ਸੱਸ ਦੇ ਨੇ, ਮਹਾਂਗੇ ਦੇ ਭੈਣ ਦੇ ਪੈਸੇ ਨੇ। ਸ਼ਾਬਾਸ਼ ਤੇਰੇ, ਭੈਣ ਦੇ ਸੀ ਤਾਂ ਚੱਕਣੇ ਸੀ, ਤੈਨੂੰ ਰਿਸ਼ਤਿਆਂ ਦੀ ਜਮੀ ਕਾਦਰ ਨਹੀਂ। ਬੇਦੀਪੇ ਮੈਂ ਤਾਂ ਹੈਰਾਨ ਹਾਂ ਤੇਰੇ ਤੇ, ਤੇਰੇ ਵਰਗਾ ਬੰਦਾ ਨਹੀਂ ਮੈਂ ਦੇਖਿਆ, ਸਿਲੈਂਡਰ ਦੱਸ ਦੇ ਕਿੱਥੇ ਹੈ? ਉਹ ਤਾਂ ਫਿਰ ਮੈਂ ਵੇਚਤਾ। ਬੇ ਕਿਹਨੂੰ ਵੇਚਤਾ? ਸੋਨੀ ਸਬਜ਼ੀ ਵਾਲੇ ਨੂੰ। ਹਾਏ ਬੇ, ਬੇੜਾ ਗਰਕ ਹੋ ਜੇ ਤੇਰਾ, ਤੂੰ ਮੇਰੀ ਧੀ ਦਾ ਜਮੀ ਦੁਸ਼ਮਣ ਬਣ ਗਿਆ। ਮੈਂ ਕੀ ਕਰਦਾ ਫਿਰ, ਮੇਰੀ ਤਾਂ ਜਾਨ ਨਿਕਲਦੀ ਸੀ, ਮੈਨੂੰ ਤੋੜ ਲੱਗੀ ਪਈ ਤੀ। ਬੇ ਫਿਰ ਕੀ ਕਰਦਾ ਤੂੰ, ਕਿਸੇ ਘੂਟੋ ਪਛਾਲ ਮਾਰ ਕੇ ਮਰ ਜਾਂਦਾ? ਤੂੰ ਮੇਰੀ ਕੁੜੀ ਦੇ ਘਰੇ ਕੀ ਲੈਣ ਗਿਆ ਸੀ? ਮੇਰਾ ਤਾਂ ਫਿਕਰ ਹੈ ਨਹੀਂ ਤੈਨੂੰ, ਭਾਵੇਂ ਮਰਾਂ ਖਾਪਾਂ। ਚੱਲ ਕੋਈ ਨਹੀਂ, ਇਹ ਵੀ ਹੋ ਜੂ ਤੇਰਾ ਸੁਪਨਾ ਪੂਰਾ। ਫੇਰ ਕਿਹੜਾ ਮੈਂ ਜਿਉਂਦਿਆਂ 'ਚ ਰਹਿ ਜੂੰ ਜੇ ਤੂੰ ਮਰ ਜਾਏਗਾ? ਜਿਨ੍ਹਾਂ ਦੇ ਜਵਾਨ ਪੁੱਤ ਮਰ ਜਾਂਦੇ ਨੇ ਉਹ ਤਾਂ ਮਾਪੇ ਮਰਿਆਂ ਤੋਂ ਵੱਧ ਹੁੰਦੇ ਨੇ। ਨਾ ਸ਼ਰਾਬ ਪੀ ਕੇ ਆਇਆ ਤੁਸੀਂ? ਹਾਂ ਪੀ ਕੇ ਆਇਆ। ਕੀ ਗੱਲ, ਕੋਈ ਲਿਹਾਜੀ ਮਿਲ ਗਿਆ ਤੇ ਅੱਗੇ ਤਾਂ ਕਦੇ ਪੀਤੀ ਨਹੀਂ? ਜਾਣ ਕੇ ਪੀਤੀ ਹੈ ਮੇਰਾ ਸਾਲਾ, ਉਹ ਕਤੀੜ ਜਦ ਭਾਈ ਤੇਰਾ ਸਿਲੈਂਡਰ ਚੱਕ ਕੇ ਬਹੁ ਪੀਟ ਗਿਆ, ਕਹਿੰਦਾ ਹੋਊਗਾ ਮੇਰਾ ਕੀ ਕਰ ਲਿਆ। ਸਾਲਾ ਬੇਵਕੂਫ ਬਣਾ ਗਿਆ ਮੈਨੂੰ। ਮੈਂ ਬੇਬੇ ਨੂੰ ਕਿਹਾ ਸੀ ਕਿ ਸਿਲੈਂਡਰ ਵਾਲੇ ਪੈਸੇ ਮੈਂ ਦੋ ਵਾਰਾਂ 'ਚ ਥੋੜੇ ਥੋੜੇ ਕਰਕੇ ਦੇ ਦੂੰਗੀ। ਕਿਉਂ ਦੇ ਦੂੰ ਦੋ ਵਾਰਾਂ 'ਚ? ਮੈਨੂੰ ਤਾਂ ਮੇਰਾ ਉਹੀ ਸਿਲੈਂਡਰ ਚਾਹੀਦਾ। ਤੇਰੀ ਮਾਂ ਨੇ ਉਹਨੂੰ ਰੋਕਿਆ ਕਿਉਂ ਨਾ? ਮੈਂ ਜਦੋਂ ਕਿਹਾ ਸੀ ਮੇਰਾ ਸਾਲਾ ਘਰੇ ਨਾ ਬੜੇ ਮੇਰੇ। ਲੈ ਸਾਨੂੰ ਪਤਾ ਤਾਂ ਹੈਗਾ ਉਹ ਬੇਬੇ ਦੀ ਕਿੱਥੇ ਮੰਨਦਾ। ਮੈਂ ਤੈਨੂੰ ਦੱਸਤਾ ਹੁਣ ਮੈਂ ਉਹਨੂੰ ਛੱਡਣਾ ਨਹੀਂ ਕੁੱਤੇ ਦੇ ਪੁੱਤ ਨੂੰ। ਤੁਸੀਂ ਕਿਉਂ ਇਹ ਗੱਲ ਨੂੰ ਵਧਾਈ ਜਾਂਦੇ ਹੋ? ਹੁਣ ਬੇਬੇ ਨੇ ਕਹਿ ਤਾਂ ਦਿੱਤਾ ਵੀ ਦੋ ਵਾਰਾਂ 'ਚ ਪੈਸੇ ਦੇ ਦੂੰਗੀ ਮੈਂ, ਹੁਣ ਨਹੀਂ ਉਹ ਆਉਂਦਾ ਆਪਣੇ। ਜੇ ਉਹ ਆ ਵੀ ਗਿਆ ਮੈਂ ਬਾਹਰ 'ਚ ਆਪੇ ਦਵਾ ਲਿਆ ਕਰੂੰਗੀ, ਪੁੱਠਾ ਮੋੜ ਦਿਆ ਕਰੂੰਗੀ ਮੈਂ। ਤੂੰ ਬਾਹਰ 'ਚੋਂ ਮੋੜਨ ਦੀ ਗੱਲ ਕਰਦੀ ਹੈ, ਮੇਰਾ ਸਾਲਾ ਫਿਰਨੀ 'ਤੇ ਆ ਕੇ ਦਿਖਾ ਦੇ, ਮੈਂ ਸਿਰ ਨਾ ਪਾੜ ਦਿਆਂ ਉਹਦਾ। ਤੂੰ ਬਹੁਤ ਮਾੜੀ ਕਰੀ ਹੈ ਸਾਡੇ ਨਾਲ। ਹੁਣ ਕੀ ਹੋ ਗਿਆ, ਮੈਂ ਕੀ ਕਰਿਆ? ਤੂੰ ਹਜੇ ਕਰੇ ਨਹੀਂ, ਤੂੰ ਆਪਦੇ ਭਾਈ ਦਾ ਸਾਥ ਦਿੱਤਾ, ਸਾਡਾ ਸਿਲੰਡਰ ਚੱਕਿਆ ਗਿਆ, ਤੂੰ ਸਾਨੂੰ ਕੋਈ ਨਿਆਂ ਨਹੀਂ ਦਿੱਤਾ। ਨਿਆਂ ਕਿਉਂ ਨਹੀਂ ਦਿੱਤਾ? ਮੈਂ ਹੁਣ ਕਹੀ ਤਾਂ ਜਾਨੀ ਆ ਵੀ ਦੋ ਵਾਰਾਂ 'ਚ ਬੇਬੇ ਪੈਸੇ ਦੇ ਦੂਗੀ। ਮੈਨੂੰ ਤਾਂ ਉਹੀ ਸਿਲੰਡਰ ਚਾਹੀਦਾ ਉਹੀ। ਲੈ ਤੁਸੀਂ ਐਵੇਂ ਕਾਮਲੀਆਂ ਨਾ ਮਾਰੋ, ਤੁਸੀਂ ਉਹਦੇ ਪਿੱਛੇ ਆਪਦਾ ਘਰ ਨਾ ਖਰਾਬ ਕਰੋ। ਮੈਨੂੰ ਨਹੀਂ ਪਤਾ, ਮੈਨੂੰ ਮੇਰਾ ਸਿਲੰਡਰ ਚਾਹੀਦਾ ਸਵੇਰੇ, ਨਹੀਂ ਤੂੰ ਵੀ ਬਹਿ ਜਾ ਕੇ ਉੱਥੇ। ਕੋਈ ਨਾ ਬੇਬੇ ਨੂੰ ਕਹਿ ਦੂੰਗੀ ਆਪਦੇ ਆ ਸਿਲੰਡਰ ਭੇਜ ਦੂਗੀ, ਕੋਈ ਨਾ ਤੁਸੀਂ ਚੁੱਪ ਕਰੋ, ਭੜਕੋ ਨਾ ਇਹਨਾਂ। ਹਾਂ ਫਿਰ ਬੇਬੇ ਨੂੰ ਵੀ ਮਾੜਾ ਮੋਟਾ ਸੇਕ ਲੱਗਣਾ ਚਾਹੀਦਾ। ਕਰਤਾ ਫੋਨ ਬੇਬੇ ਨੂੰ? ਆਹ ਮੈਂ ਕੰਮ ਜਿਹਾ ਕਰਨ ਲੱਗ ਗਈ ਤੀ, ਕੋਈ ਨਾ ਕਰ ਦਿੰਦੀ ਆ। ਕਰ ਦਿੰਦੀ ਆ ਕੋਈ ਨਾ, ਐ ਨਾ ਸਮਝ ਨਹੀਂ ਕਿਤੇ ਵੀ ਰਾਤ ਦਾਰੂ ਪੀਤੀ ਤੀ ਤਾਂ ਕਹਿੰਦਾ, ਮੈਂ ਕੁਛ ਨਹੀਂ ਭੁੱਲਿਆ, ਮੈਨੂੰ ਸਭ ਯਾਦ ਹੈ, ਮੈਨੂੰ ਤਾਂ ਮੇਰਾ ਸਿਲੰਡਰ ਚਾਹੀਦਾ ਬਸ, ਮੇਰੀ ਵੀ ਜਿੱਦ ਹੈ ਹੁਣ।
कोई ना मैं हुणी कर देनी आ। सिलेंडर दी कोई गल नहीं थी, सिलेंडर मैं हजे 10 लिया के धर सकदा। मैनू भी हुण जिद हो गई, जे कुत्ते दा पुत्त बशर्म हो सकदा है फिर मैनू की है, मैं तां लऊं सिलेंडर आपदा। सिलेंडर मैं सोनू मंगवा देनी आ, पर आ गाल ना कड्डो, गाल मेरे प्यो नूं जांदी है। ते होर उहनू मैं खंड पावां मेरे साले नूं। की होणा जसी होणा की है, कहिंदी मेरे भाई नूं गाल ना कड्डो। ना उहने चंगी करीए सारे नाल। बेबे सोनू आज सिलेंडर मिल जू सोडा, मैं दीपे पिछे मेरे प्यो नूं गालां क्यों कढ़ावां, बस इत्थे गल खतम है। लै देख लै दस्या, इहनूं कोई दुख नहीं हैगा अपना सिलेंडर चक्के दा, अपना पक्ष दा की लेना थी, इहनूं तां उहदा भरा ही चंगा लगदा। लै दुख क्यों नहीं हैगा बेबे, मेरे जिन्ना दुख किहनूं है, जिहदा भरा आपदे घरों सिलेंडर चोरी करके लै गिआ। हैगा तैनूं दुख, जे तैनूं दुख हुंदा ना खाली ना आउंदी सिलेंडर लै के आउंदी, आ गई मूंह चक्के। बेबे मेरे नाल वाला बोलण दी लोड़ नहीं हैगी, सोडा सिलेंडर सोनूं अज मिल जूगा। मेरे साले दी बेबे नाल हजे मूहरे बोलदी है। ਹੈ ਛੋਟਾ ਸਿਲੰਡਰ ਕੀ ਹੁੰਦਾ ਨਾਲੇ, ਤੇਰਾ ਨਹੀਂ ਹੈਗਾ ਉਹ, ਤੇਰਾ ਨਿਕਲ ਹੈਗਾ ਇਹ। ਹੁਣ ਤਾਂ ਇਹ ਆਪਣਾ ਸਿਲੰਡਰ ਲੈ ਗਿਆ, ਕੱਲ ਨੂੰ ਭਾਵੇਂ ਸਿਉ ਨਾ ਚੱਕ ਕੇ ਲੈ ਜੇ, ਇਹਨੂੰ ਤਾਂ ਵੀ ਦੁੱਖ ਨਹੀਂ। ਹਾਂ ਜੇ ਤੂੰ ਸਾਡੇ ਘਰ ਨੂੰ ਆਪਦੇ ਨਹੀਂ ਸਮਝਦੀ ਫਿਰ ਕੋਈ ਫਾਇਦਾ ਨਹੀਂ ਇੱਥੇ ਵੜਨ ਦਾ, ਖਬਰਦਾਰ ਨਿਕਲ ਜਾ ਬਾਹਰ, ਮੁੜ ਕੇ ਨਾ ਇੱਥੇ ਆਈ। ਲੈ ਤੁਸੀਂ ਆ ਕਈਆਂ ਜੀ ਗੱਲਾਂ ਕਰਦੇ ਹੋ। ਬਸ ਮੈਂ ਤੈਨੂੰ ਕਹਿਤਾ ਜਾ ਆਪਦੇ ਭਾਈ ਕੋਲੇ ਵਗ ਜਾ, ਕੁੱਤੇ ਦੇ ਪੁੱਤ ਕੋਲੇ। ਮੈਂ ਤੁਹਾਨੂੰ ਪਹਿਲਾਂ ਵੀ ਕਿੰਨੇ ਵਾਰੀ ਕਿਹਾ ਮੇਰੇ ਪਿਓ ਨੂੰ ਨਗਾਲਾਂ ਦਿਓ ਤੁਸੀਂ। ਕੱਢੂਗਾ ਮੈਂ ਤਾਂ ਕੱਢੂਗਾ, ਕਰ ਲੈ ਜਿਹੜਾ ਕੁਝ ਕਰਨਾ, ਜਾ ਬੱਜਾ ਨਿਕਲ ਜਾ ਮੇਰੇ ਕੋਲ। ਚੱਲ ਮੈਨੂੰ ਕੱਪੜੇ ਤੇ ਚੱਕ ਲੈਣ ਦੇ ਫਿਰ। ਜਾ ਲੈ ਜਾ ਚੱਕ ਕੇ, ਇਹਦੇ ਚੱਕਣੇ ਐ। ਜਾ ਭਾਜਾ ਹੁਣ ਨਾ ਇੱਥੇ ਬਣੀ। ਹਾਂ ਪੁੱਤ ਬਸ ਬਸ ਮੇਰੀ ਤੀ, ਰੋ ਨਾ ਰੋ ਨਾ ਪੁੱਤ, ਰੋ ਨਾ ਰੋ ਨਾ, ਆ ਜਾ ਆ ਜਾ, ਰੋ ਨਾ ਆ ਜਾ, ਲੈ ਬੈਗ ਫੜਾ, ਆ ਜਾ ਆ ਜਾ ਪੁੱਤਰ, ਆ ਜਾ ਆ ਜਾ ਪੁੱਤਰ। ਰੋ ਨਾ ਕੀ ਹੋਇਆ ਪੁੱਤ, ਰੋ ਨਾ ਪੁੱਤ, ਬਹਿ ਜਾ ਮੇਰੀ ਤੀ, ਬਹਿ ਜਾ ਬਸ। ਹਾਂ ਪੁੱਤ ਕੀ ਹੋਇਆ ਸੁਖਪਾਲ, ਮੈਨੂੰ ਗੱਲ ਦੱਸ ਪੁੱਤ, ਗੱਲ ਦੱਸ ਮੇਰੀ ਤੀ। ਹੁਣ ਕੀ ਹੈ ਬੇਬੇ, ਆਹੀ ਸਿਲੰਡਰ ਦਾ ਰੌਲਾ ਤੀ, ਦੀਪੇ ਨੂੰ ਗਾਲਾਂ ਕੱਢਦਾ ਤੀ, ਮੈਂ ਆਖਿਆ ਮੇਰੇ ਪਿਓ ਨੂੰ ਗਾਲ ਨਾ ਕੱਢ, ਕਹਿੰਦਾ ਮੇਰੇ ਘਰੋਂ ਭੱਜ। ਤੂੰ ਕਾਹਤੋਂ ਕਹਿਣਾ ਤੀ ਪੁੱਤ, ਕੱਢੀ ਜਾਣ ਦਿੰਦੀ ਗਾਲਾਂ, ਕੁਛ ਨਹੀਂ ਹੁੰਦਾ ਸੀ। ਬੇਬੇ ਬਾਪੂ ਦੇਖ ਮੇਰਾ ਕਿੰਨਾ ਸ਼ਰੀਫ ਬੰਦਾ ਤੀ, ਉਹ ਦੁਨੀਆ ਤੇ ਹੁਣ ਹੈ ਨੀ ਗਾ, ਮੈਨੂੰ ਮੱਲੋ ਮੱਲੀ ਗੁੱਸਾ ਆ ਜਾਂਦਾ। ਉਹਨੂੰ ਵਿੱਚ ਕਢੀਦਾ ਸੀ ਬੇਬੇ, ਦੀਪੇ ਨੂੰ ਕਹਿੰਦਾ ਤੀ ਕੁੱਤੇ ਦਾ ਪੁੱਤ, ਬੇਬੇ ਗਾਲ ਕਿਹਨੂੰ ਜਾਂਦੀ ਹੈ। ਚੱਲ ਕੋਈ ਨੀ ਪੁੱਤ, ਬੋਲੀ ਜਾਣ ਦੇ, ਉਹ ਕਿਹੜਾ ਲਾ ਕੇ ਕਹਿੰਦਾ ਸੀ, ਕੁਛ ਨਹੀਂ ਹੁੰਦਾ ਕਹੇ ਤੋਂ, ਕੁਛ ਨਹੀਂ ਹੁੰਦਾ ਕਹੀਂ ਜਾਣ ਦੇ। ਤੂੰ ਕਾਹਨੂੰ ਬੋਲਣਾ ਸੀਗਾ, ਕੋਈ ਨਹੀਂ ਮੈਂ ਪਾਣੀ ਲੈ ਕੇ ਆਉਂਦੀ ਪੁੱਤ ਤੇਰੇ ਵਾਸਤੇ, ਬਸ ਚੁੱਪ ਕਰ ਜਾ ਮੇਰੀ ਧੀ। ਲੈ ਭੈਣ ਆ ਰਹੀ ਹੈ। ਮੈਨੂੰ ਨਾ ਬੁਲਾ ਦੀਪੇ, ਤੂੰ ਮੇਰੇ ਭਰਾ ਬਣਨ ਦੇ ਕਾਬਿਲ ਹੈ ਨਹੀਂ, ਤੇਰੇ ਪਿੱਛੇ ਮੈਨੂੰ ਘਰੋਂ ਕੱਢਤਾ ਉਹਨਾਂ ਨੇ। ਮੈਂ ਉਹਨਾਂ ਨੂੰ ਕੀ ਕਿਹਾ? ਆ ਲੈ ਬਾਈ, ਤੇਰੇ ਮੂਹਰੇ ਮੈਂ ਹੱਥ ਮੰਨਦੀ ਆ, ਤੂੰ ਮੇਰੀ ਵਧੀਆ ਰੱਖੜੀ ਦੀ ਰਾਜ ਰੱਖਤੀ, ਤੂੰ ਮੇਰਾ ਘਰ ਪੱਟ ਕੇ ਰੱਖਤਾ, ਮੈਨੂੰ ਨਾ ਹੁਣ ਬੁਲਾਈ ਤੂੰ ਮੁੜ ਕੇ। ਚੰਗਾ ਪੁੱਛਦਾ ਹਾਲ ਚਾਲ ਹੁਣ ਭੈਣ ਨੂੰ। ਹਾਂ ਭੈਣ ਤਾਕੜੀਆਂ। ਹਾਂ ਤਾਕੜੀਆਂ ਭੈਣ, ਮਸ਼ੀਨ ਡਾਲ ਲਈ ਹੈ। ਹੋਰ ਬਹਿ ਜਾ ਭੈਣ। ਮੈਨੂੰ ਤਾਂ ਉਧਰੋਂ ਮਨਦੀਪ ਨੇ ਦੱਸਿਆ ਸੀ, ਕਹਿੰਦੇ ਕਈ ਦਿਨਾਂ ਦੀ ਸੁਖਪਾਲ ਆਈ ਹੋਈ ਹੈ, ਮੈਂ ਕਿਹਾ ਚੱਲ ਮੈਂ ਮਿਲ ਕੇ ਆਉਣੀ ਆ। ਹੋਰ ਭੈਣੇ ਆਈ ਤਾਂ ਹੋਈ ਹੈ। ਸੁੱਖ ਹੈ ਭੈਣੇ, ਐ ਢਿੱਲਾ ਜਾ ਬੋਲੀ ਤੂੰ। ਲੈ ਲੈ ਤੇ ਮਿਲ ਗਈ ਵੀਰ ਤਾਂ, ਲੈ ਨਾਲ ਦੀ ਹੋਰ। ਸਮਝੀ ਨੀ ਭੈਣ ਜੀ ਕੀ ਗੱਲ ਹੈ ਇਹ। ਸੋਨੂੰ ਤਾਂ ਪਤਾ ਹੀ ਹੈ ਭੈਣ ਜੀ, ਵੀ ਦੀਪੇ ਨੂੰ ਮੈਂ ਕਿੰਨੇ ਵਾਰੀ ਰੋਕਿਆ ਵੀ ਸੁਖਪਾਲ ਕੋਲੇ ਨਾ ਜਾਇਆ ਕਰ, ਅਗਲੇ ਇਤਰਾਜ਼ ਕਰਦੇ ਨੇ। ਸੇੜੀ ਬੰਦਾ ਭੈਣੇ ਚੋਰੀ ਚਖਰੀ ਵੀ ਕਰ ਲੈਂਦਾ, ਮੈਂ ਸੋਨੂੰ ਦੱਸਿਆ ਹੀ ਸੀਗਾ ਉਦੋਂ ਸੁਖਪਾਲ ਦੀ ਸੱਸ ਦਾ 1200 ਰੁਪਇਆ ਕੱਢ ਲਿਆ ਸੀ। ਉਦੋਂ ਭੈਣ ਜੀ ਮੈਂ ਮਸਾਂ ਨਵੇੜਿਆ ਆਪਦੇ ਕੋਲੋਂ ਪੈਸਾ ਟਕਾ ਦੇ ਕੇ, ਤੇ ਹੁਣ ਉਹ ਭੁੱਲਦੇ ਥੋੜ੍ਹੇ ਨੇ ਉਸ ਗੱਲ ਨੂੰ, ਹੁਣ ਉਹਨਾਂ ਦਾ ਢਹਿ ਜਾਣਾ ਸਿਲੰਡਰ ਚੱਕ ਲਿਆ ਆ। ਬੂ ਮੈਂ ਮਰ ਜਾ, ਇਹ ਤਾਂ ਮਾੜੀ ਗੱਲ ਹੈ ਭੈਣੇ। ਮਾੜੀ ਵਰਗੀ ਮਾੜੀ ਭੈਣੇ, ਅੱਜ ਤਾਂ ਦੋਨੇ ਜਣੀਆਂ ਮਰੀਆਂ ਬਰਾਬਰ ਹਾਂ। ਮੈਂ ਤਾਂ ਸੋਚਿਆ ਸੀ ਵੀ ਮੇਰੀ ਧੀ ਸੌਖੀ ਹੈ, ਇਹਦਾ ਵੀ ਘਰ ਪੱਟਤਾ ਇਹਨੇ। ਮੈਂ ਭੈਣੇ ਤੈਨੂੰ ਇੱਕ ਗੱਲ ਆਖਾਂ, ਤੁਸੀਂ ਗੁੱਸਾ ਤਾਂ ਨਹੀਂ ਕਰਦੇ? ਨਾ ਭੈਣੇ ਗੁੱਸਾ ਕਾਹਦਾ ਹੈ। ਨਹੀਂ ਮੈਂ ਮਰ ਜਾ। ਨੀ ਭੈਣੇ ਤੂੰ ਤਾਂ ਐਡੀ ਚੰਗੀ, ਇੰਨੀ ਦੇਵਤੀ ਬੁੜੀ, ਨੀ ਤੈਂ ਕਿਤੇ ਇਹ ਦੀਪਾ ਗੋਤ ਤਾਂ ਨਹੀਂ ਲਿਆ ਭੈਣੇ? ਨੀ ਐਡਾ ਗੰਦਾ ਬੰਦਾ ਮੈਂ ਨਹੀਂ ਦੁਨੀਆ 'ਤੇ ਕੋਈ ਦੇਖਣਾ। ਲੈ ਆ ਉਹ ਆ ਗਿਆ ਭੈਣੇ, ਬੇ ਉਰੇ ਆ ਦੀਪੇ। ਹਾਂ ਤਾਈ। ਬੇ ਤੈਨੂੰ ਮੈਂ ਐਂ ਪੁੱਛਦੀ ਹਾਂ, ਤੈਨੂੰ ਕੋਈ ਚੱਪਣੀ ਨਹੀਂ ਥਿਆਈ ਨੱਕ ਡਬੋ ਕੇ ਮਰਨ ਨੂੰ? ਤਾਂ ਭੈਣ ਘਰੇ ਬਿਠਾਤੀ। ਬੇ ਮੈਂ ਅੱਗੇ ਤੇਰੀ ਮਾਂ ਨੂੰ ਪੁੱਛੀ ਜਾਂਦੀ ਹਾਂ ਵੀ ਇਹ ਤੇਰਾ ਸਕਾ ਪੁੱਤ ਹੈ, ਮੈਨੂੰ ਤਾਂ ਐਂ ਲੱਗਦਾ ਤੂੰ ਜ਼ਰੂਰ ਗੋਦ ਲਿਆ ਹੋਵੇਂਗਾ। ਬੇ ਤੂੰ ਐਡਾ ਨਸ਼ੇ ਦਾ ਗੁਲਾਮ ਬਣ ਗਿਆ, ਤੈਨੂੰ ਤੇਰੀ ਭੈਣ 'ਤੇ ਵੀ ਤਰਸ ਨਹੀਂ ਆਇਆ? ਤੇਰੀ ਵਜ੍ਹਾ ਕਾਰਨ ਤੇਰੀ ਭੈਣ ਨੂੰ ਘਰੋਂ ਫੜਤਾ,
हजे तू जिंदा फिर बे तेन तो मर जाना चाहिए सी किसी नहर च छाल मार के मेरा तो हजे जी करता तेन लत ते लत धर के पाड़दा तेन मैं बे परमात्मा कनियो तो तू मरिया हुआ है तेन तो परमात्मा ने आपी चपेड़ मारती मैं तो ऐ हैरान हाँ भी तेन कित शर्म नहीं आई बे मैं तो तेन बंदे ही नहीं समझती बे जेड़े बंदे होंगे ने ना बे आपकी भैन का घर नहीं जाड़ते जे घर भैन का उजड़ा भी हो भैन के बराबर थंब बन के खड़ जाते ने है बे शर्मा तेन कित शर्म ना आई बे मर जा कि मर जा नहर च छाल मार के तेरा हक है नहीं जे हूं नहीं भैने मैं तो माफी मंगदी हाँ इतों मेथों तो इन्ना कुछ बोलिया गया थोड़ी औख देख के मेथों झली नहीं गई मेरा तो भैने ब्लड बद गया मैनू माफ कर दी भैने जे मैथों कुछ गलत बोलिया गया मैं तो सुखवाल मेरिया धियां तो वध समझदी हाँ ता मेथों सह नहीं सकी मैं कोई गल मैनू पता है भैन जी सारा जे सोनू दुख होया ता ही गुस्सा उबलिया एदे ते कोई असर नहीं होया मैनू पता है भैने सारा सुखपाल फिक्र ना करी पुत किसे गल दा मैं फिर आऊंगी बेटे हाँ सही गल है ताई दी लख लाण ता मेरे वर्गे बंदे ते बे पुत जसे उदास जा के होना ना थोड़े दिन दा बेबे मैं ता ए सोचदा सीगा पिसपाल नु घरों कढ के आपां करया ता गलती है ना होर पुत पछतावा ता मैनू भी है ओदे भरा दी सजा इहनू कानू देनी सी हाँ बेबे आई मैं सोचदा सीगा एवें कहदा बेचारी बलाई मेरा ता दरमान करदी सी मैं भी तैनू एवें ही भड़काता मेरा भी दिमाग खराब हो गया ते बेबे ओ आ किधर ओ की करदे जिप्पे मैनू माफ कर दे मेरा तो नशे ने जमी दिमाग खराब करता सी मेरी तो जमीर ही मारती सी मैं अज ही गुरुद्वारे सौं पा के आया जसे भाई मेरी भैन नू बसाला मैं अदों मुड़ के जमी नहीं थोड़े घर आउंदा मैं सिलेंडर भी थोड़ा मोड़ जू भाई सौ तो तू पहला भी बथेरे बारी पाई है हरेक बारी झूठी सौनी होंदी भाई ऐतकी भाई किसे इंसान ने मैनू बहुत बड़ियां फटकारां पाईयां जिहड़ियां मेरे दिल च ही वज्जियां भाई मैं सच्ची नशा छड़ता मेरे ते विश्वास कर बस मेहनती है मेरी मेरी भैन नू लियाओ जाके जा भाई मैं छड्ड जाना मुड़ के मैं थोड़े घर नहीं आउंदा ओ तू पैर छड्ड कोई ना इधर बैठ के करते हैं मासी हुण तुसीं भी माफ कर दिओ ओदे तुसी पानी लैन वग गए मैं चक के सिलेंडर बाहर धरिया है असी थोनू नवा सिलेंडर लै देंगे मैनू अज पहली बार मासी गलती का पछतावा होया जदों बंदा दिलों पछतावा करे फिर उन्हें माफ भी करना चाहिए मासी ओ साडे लई दीपे किहड़ा उपर है तू साडी किहड़ा दुश्मनी थी तेरे नाल आखिर मेरे घर वाली का भाई है तू सानू उपरा तो नहीं तू नशे च इन्ना बढ़ गया तेरे रिश्तियां दे लिहाज ही भुल गया तीगा हाँ भाई मेरी गलती सी मैं तो लख वारी मनन नू तैयार हाँ मेरी भैन नू वसालो मैं थोड़े भाई मुड़ के जसे घरे नहीं आऊंगा ओ कोई ना कोई गल नहीं मेरा केड़ा तलाक होया ओदे नाल भाई असी जसे साडी जी फिर कद नू भैन नू ना ना असी लैण आवांगे मैं ते बेबे आवांगे अच्छा ठीक है भाई शुक्र है महाराज दा सच्चे पातशाह दा बाबे भाई वेलो दा मेरे पुत नू मत आ गई बस बेबे ऐ समझ लै वी वाहेगुरु वचनो ताई च बख्श के आ गया मासी जी तुसी आपदा घर हसदा बसदा रखो हुण मैं नहीं थोड़े घर आउंदा ले आउंदा क्यों नहीं हुण तां आउणा पऊगा तैनू हुण तू पहला वाला नहीं रह गया सही गल है भाई तेरी हुण चोर साला नहीं हुण साफ सुथरा साला बन के दिखाऊंगा मैं ठीक है ठीक है चल सुपार फिर धर गड्डी च बैग चलिए हाँ जी सत श्री अकाल सलाम आदाब नमस्कार तुसी जुड़े हो पेंडू विरसा दे नाल हुण बारी है कमेंट वालों की जिन्होंने सानू एप्रीशिएट किया जगसीर सिंह टपाली रमनदीप सिंह परमार भगवंत सिंह मचाकी गुरमीत कौर सुनाम पवनप्रीत कौर जैतो नरेंद्र दत्तेवास गुरदीप सिंह कालों बलबीर कौर चक कल्याण जसवीर कौर गुरुसर हरविंदर सिंह पिपलों वाला हुशियारपुर कश्मीर खान जखेपुल फौजी अमनजीत कोरियाणा सुरजीत सिंह गुलियाणा चन्ना जौहल धले के मोगा गुरदेव सिंह अमृतसर रमनदीप अली शेर डॉक्टर भुपिंदर चड्डा सोनी सिद्धू मानसा तारक मुहम्मद ज्योति चहल हुसन ढिलो धूरी रूबी टीटू जलंधर जसवीर सिंह ठूठेवाली हरदेव सिंह हॉलैंड मुहम्मद रफीक कवैत किरण नारंग राजू सिंह राकेश कुमार लहरा फैमिली बहुत बहुत धन्यवाद सानू एप्रीशिएट करने इस तरह साढ़े ते विश्वास बनाई रखियो तो देखते दे रहो वीडियो धन्यवाद जी शुक्रिया मेहरबानी जिहड़े नवे जुड़दे आ सबसक्राइब कर लिया करो बहुत वधिया फैमिली वीडियो आउंदी है इहदे ते कोई गंद मंद नहीं हुंदा रहत सारे कासे तो धन्यवाद जी शुक्रिया।